ਸੁਖੀ ਨੇ ਕਿਹਾ ਪੰਗੇ ਲੈਣੇ ਬਾਣੀ ਨਾਲ ਨੀ ਬਾਣੀ ਨਾਲ ਕੀ ਪੜਨਾ ਪੜਨ ਵਾਸਤੇ ਗਿਆ ਸੀ ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਗਿਆ ਸੀ। ਇੱਕ ਗੁਰੂ ਘਰ ਦੇ ਵਿੱਚ ਇੱਕ ਸ਼ਖਸ ਦਾ ਨਿਹੰਗ ਸਿੰਘ ਦੇ ਵੱਲੋਂ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਸ਼ਖਸ ਗੁਰਬਾਣੀ ਨੂੰ ਗਲਤ ਦੱਸਦਾ ਸੀ, ਇਸੇ ਕਰਕੇ ਨਿਹੰਗ ਸਿੰਘ ਨੇ ਇਸ ਦਾ ਸੋਧਾ ਲਗਾ ਦਿੱਤਾ। ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, SSP DSP SP ਜਿਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਤਾਂ ਦੱਸ ਦਈਏ ਕਿ ਗੁਰੂ ਘਰ ਦੇ ਵਿੱਚ ਇੱਕ ਸ਼ਖਸ ਦਾ ਨਿਹੰਗ ਸਿੰਘ ਦੇ ਵੱਲੋਂ ਕਤਲ ਕੀਤਾ ਗਿਆ। ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ। ਇੱਥੇ ਇਲਾਕਾ ਸ਼ਰਾਫਾ ਬਾਜ਼ਾਰ ਦੇ ਵਿੱਚ ਇੱਕ ਸ਼ਖਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੱਸਣ ਦੇ ਮੁਤਾਬਿਕ ਇਹ ਸ਼ਖਸ ਗੁਰਬਾਣੀ ਨੂੰ ਗਲਤ ਦੱਸਦਾ ਸੀ ਔਰ ਇਸਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਸਿੰਘ ਦੇ ਨਾਲ ਖੈਬੜ ਪਿਆ। ਤਾਂ ਰੋਹ ਦੇ ਵਿੱਚ ਆਏ ਨਿਹੰਗ ਸਿੰਘ ਨੇ ਮੌਕੇ 'ਤੇ ਹੀ ਬੀਤੀ ਰਾਤ ਇਸ ਸ਼ਖਸ ਦਾ ਸੋਧਾ ਲਗਾ ਦਿੱਤਾ। ਤਾਂ ਦੱਸ ਦਈਏ ਕਿ ਜਲੰਧਰ ਦੇ SSP ਕਪੂਰਥਲਾ, SP DSP ਫਗਵਾੜਾ ਮੌਕੇ 'ਤੇ ਮੌਜੂਦ ਨੇ, ਜਿਨ੍ਹਾਂ ਨੇ ਹਰ ਪੱਖੋਂ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ। ਫਗਵਾੜਾ ਦੇ ਵਿੱਚ ਮੌਜੂਦ ਨੇ ਔਰ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ। ਹਾਲੇ ਉਸ ਸ਼ਖਸ ਦੀ ਲਾਸ਼ ਗੁਰੂ ਘਰ ਦੇ ਅੰਦਰ ਹੀ ਮੌਜੂਦ ਹੈ ਔਰ ਜਿਹੜੇ ਨਿਹੰਗ ਸਿੰਘ ਨੇ ਸੋਧਾ ਲਗਾਇਆ ਉਹ ਵੀ ਇਸੇ ਗੁਰੂ ਘਰ ਦੇ ਵਿੱਚ ਮੌਜੂਦ ਹੈ। ਆਖਿਰਕਾਰ ਕੀ ਹਾਲਾਤ ਬਣੇ ਹੋਣਗੇ, ਕਿਹੜੇ ਕਾਰਨਾਂ ਦੇ ਕਰਕੇ ਔਰ ਅਸਲ ਸੱਚਾਈ ਕੀ ਹੋਵੇਗੀ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਤਾਂ ਫਗਵਾੜਾ ਦੇ ਇੱਕ ਗੁਰੂ ਘਰ ਦੇ ਵਿੱਚ ਨਿਹੰਗ ਸਿੰਘ ਦੇ ਵੱਲੋਂ ਇੱਕ ਸ਼ਖਸ ਦਾ ਸੋਧਾ ਲਗਾਇਆ ਗਿਆ। ਬੀਤੀ ਰਾਤ ਦੀ ਇਹ ਘਟਨਾ ਹੈ। ਨਿਹੰਗ ਸਿੰਘ ਦੇ ਮੁਤਾਬਿਕ ਗੁਰਬਾਣੀ ਨੂੰ ਗਲਤ ਦੱਸਦਾ ਸੀ, ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ। ਤਾਂ ਗੁੱਸੇ ਦੇ ਵਿੱਚ ਆਏ ਨਿਹੰਗ ਸਿੰਘ ਦੇ ਵੱਲੋਂ ਇਸ ਸ਼ਖਸ ਦਾ ਮੌਕੇ 'ਤੇ ਹੀ ਸੋਧਾ ਲਗਾਇਆ ਗਿਆ। ਮੰਗੂ ਮੱਟ ਮੇਰਾ ਪੁੱਤ ਹੀ ਆ ਅਤੇ ਇਹ ਆਇਆ ਸੀ ਕਿਸੇ ਕੰਮ ਇੱਥੇ, ਠੀਕ ਆ। ਇਹ ਰਾਤ ਉਰੇ ਰੁਕ ਗਿਆ, ਹਨੇਰਾ ਹੋ ਗਿਆ ਹੁਣ, ਗੁਰਦੁਆਰੇ ਰੁਕ ਗਿਆ ਅਤੇ ਜਦੋਂ ਉਹ ਬੰਦਾ ਆਇਆ ਬੇਅਦਬੀ ਕਰਨ ਆਇਆ, ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ, ਕਿਵੇਂ ਆ। ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4 ਹਜ਼ਾਰ ਰੁਪਈਆ, ਠੀਕ ਆ। ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨਾਂ, ਦੱਸ ਬੰਦੇ ਦਾ, ਨਹੀਂ ਦੱਸਦਾ। ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ, ਸਾਡੀ ਬਾਣੀ ਠੀਕ ਆ, ਤੁਹਾਡੀ ਬਾਣੀ ਗਲਤ ਆ, ਸਾਡੀ ਬਾਣੀ ਸਹੀ ਆ। ਜਾਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ, ਕਿਆ ਨੈਚਰੀ ਹੈ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੂਗਾ ਉਹ ਮੂੰਹ 'ਤੇ ਹੀ ਗਲਤ ਬੋਲਣ ਲੱਗ ਗਿਆ, ਜਦੋਂ ਗਲਤ ਬੋਲਣ ਲੱਗ ਗਿਆ ਉਹਨੂੰ ਗੁੱਸਾ ਚੜ ਗਿਆ, ਠੀਕ ਹੈ ਕਿ ਨਹੀਂ। ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ, ਮਾਰਨਾ ਨਹੀਂ ਚਾਹੁੰਦਾ, ਸੌਦਾ ਨਹੀਂ ਲਾਉਣਾ ਚਾਹੁੰਦਾ। ਜਦੋਂ ਕਿਸੇ ਦੇ ਧਰਮ 'ਤੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ, ਨਹੀਂ ਮਤਲਬ ਕੋਈ ਨਹੀਂ ਚੱਕਦਾ। ਨਿਹੰਗ ਸਿੰਘਾਂ ਨੇ ਬੇਅਦਬੀ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ, ਅਣਜਾਣ ਬੰਦੇ ਨੇ, ਹਾਂਜੀ, ਨਿਹੰਗ ਸਿੰਘਾਂ ਨੇ ਸੋਧਾ ਲਗਾਤਾ ਜੀ। ਦੇਰ ਰਾਤ ਦੀ ਗੱਲ ਆ, 2-3 ਵੱਜ ਚੁੱਕੇ ਆ, ਹੁਣ ਦਿਨ ਚੜ ਚੁੱਕਾ ਆ, ਡਿਮਾਂਡ ਕੀ ਹੈਗੀ ਆ, ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ? ਨਹੀਂ ਰੁਕੇ ਕੋਈ ਗੱਲ ਨਹੀਂ, ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ। ਅਸੀਂ ਇਹ ਕਹਿੰਦੇ ਹਾਂ ਵੀ ਸੱਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ, ਗੁਰੂ ਗ੍ਰੰਥ ਸਾਹਿਬ ਜੀ ਵੱਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ, ਜਿਹਦਾ ਜਿਹੜਾ ਬੇਅਦਬੀ ਕਰਨ ਆਇਆ। ਕੁਝ ਨਿਹੰਗ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੋਧਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ, ਉਹਦੇ ਬਾਰੇ ਦੱਸੋ ਥੋੜ੍ਹਾ। ਨਹੀਂ ਨਹੀਂ ਅਰੈਸਟ, ਦੇਖੋ ਮੇਰੀ ਗੱਲ ਸੁਣੋ, ਕਾਨੂੰਨ ਨੇ ਆਪਣਾ ਕੰਮ ਕਰਨਾ ਵਾ, ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਅਸੀਂ ਧੱਕਾ ਕਰਨਾ, ਕਾਨੂੰਨ ਨੇ ਆਪਣਾ ਕੰਮ ਕਰਨਾ ਵਾ। ਕਿੰਨੇ ਕੁ ਵਜੇ ਦੀ ਗੱਲ ਹੈ?
ਜੇ ਨਹੀਂ ਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ, ਕਿਉਂ ਜੀ ਬੇਅਦਬੀ ਕੀਤੀ ਹੈ, ਜੇ ਬੇਅਦਬੀ ਬੰਦਾ ਕਰਨ ਆਇਆ ਵਾ ਉਹ ਵੀ ਤਾਂ ਗਲਤ ਆ ਨਾ ਇੱਕ ਕਸਮ ਦਾ। ਤੁਸੀਂ ਮੰਨੋ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ? ਕੋਈ ਵੀ ਬੰਦਾ ਗੱਲ ਮੰਨੂ, ਜੇ ਕਿਸੇ ਦੇ ਧਰਮ 'ਤੇ ਕੋਈ ਅਟੈਕ ਕਰਦਾ ਵਾ, ਇਹ ਸੈਲਫ ਡਿਫੈਂਸ ਆ ਜੀ, ਇਹ ਕਿਸੇ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ, ਇਹ ਸੈਲਫ ਡਿਫੈਂਸ ਆ। ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ, ਸਾਡੇ ਗੁਰੂ ਦੇ ਅੰਗ ਪਾਰਨ ਆਇਆ, ਉਹਦੀ ਹੱਤਿਆ ਕਰਨ ਆਇਆ। ਜਦ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ, ਠੀਕ ਆ ਕਿ ਨਹੀਂ? ਉਹਦਾ ਸੈਲਫ ਡਿਫੈਂਸ ਆ ਨਾ, ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ, ਸੈਲਫ ਡਿਫੈਂਸ ਆ ਜੀ। ਸੁੱਖੀ ਨੇ ਮੈਨੂੰ ਇਹ ਕਿਹਾ ਸੀਗਾ, ਸੁੱਖੀ ਤੱਕ ਤੁਸੀਂ ਸੀਗੇ, ਸੁੱਖੀ ਤੇ ਮੈਨੂੰ ਇਹ ਕਿਹਾ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ, ਜੋ ਜਾਨ ਬਚਾਏਗਾ ਆਪਣੀ ਬਚਾਏਗਾ, ਜੋ ਜਾਨ ਬਚਾਏਗਾ ਤੁਹਾਡੇ ਤੋਂ ਆਪਣੀ ਬਚਾਏਗਾ। ਵੀ ਪੈਸੇ ਤੈਨੂੰ ਪੈਸੇ ਦੇਣੇ ਸੁੱਖੀ ਨੇ? ਆਹੋ। ਕਿੰਨੇ ਪੈਸੇ ਕੀਤੇ ਸੁੱਖੀ ਨਾਲ? ਦੋ ਚਾਰ ਦੋ ਤਿੰਨ ਹਜ਼ਾਰ ਰੁਪਇਆ ਸੀਗਾ। ਦੋ ਤਿੰਨ ਹਜ਼ਾਰ? ਦੋ ਤਿੰਨ ਹਜ਼ਾਰ। ਤੇ ਕੀ ਕਰਨਾ, ਕੀ ਕੀ ਕਿਹਾ ਸੁੱਖੀ ਨੇ, ਕੀ ਕਰਨਾ ਉੱਥੇ ਜਾ ਕੇ? ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਪੁੱਠਾ ਪੁੱਠਾ ਸਿੱਧਾ ਕਰਨ ਨੂੰ ਕਿਹਾ ਸੀਗਾ, ਲੇਕਿਨ ਕੀਤਾ ਨੀ ਭਾਜੀ ਮੈਂ। ਇਹ ਹੈ ਮੈਂ ਇਮਾਨਦਾਰ ਆ, ਮਿਹਨਤੀ ਆ, ਬਸ ਇਹ ਸੀਗਾ, ਮੈਂ ਕੀਤਾ ਨੀ। ਸੁੱਖੀ ਨੇ ਕਿਹਾ ਸੀ ਪੰਗੇ ਲੈਣੇ? ਪੰਗੇ ਲੈਣੇ ਆ ਬਾਣੀ ਨਾਲ? ਆਹੋ। ਨੀ ਬਾਣੀ ਨਾਲ ਕੀ? ਉਹ ਭਾਜੀ ਸਾਹਿਬ ਪੜਨਾ ਆ। ਆਹੋ। ਪੜਨ ਵਾਸਤੇ ਕਿਹਾ ਸੀ ਕੀ? ਆਹੋ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਹਾ ਸੀਗਾ। ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ। ਉਲਟਾ ਸਿੱਧਾ ਲਿਖਣ ਨੂੰ ਵੀ ਕਿਹਾ ਸੀਗਾ। ਕੀ ਲਿਖਣਾ ਸੀ ਤੁਹਾਨੂੰ ਪਤਾ ਆ, ਉਹੀ ਗਾਲਾਂ ਔਰ ਉੱਤੋਂ ਦੀ ਇਹ ਸਭ ਚੀਜ਼ਾਂ ਕਰਨ ਨੂੰ ਕਿਹਾ ਸੀਗਾ। ਮੈਂ ਕੀਤਾ ਨੀ ਭਾਜੀ, ਬੇਗੁਨਾਹ ਸੀਗਾ, ਬਸ ਇਹ ਹੈ।